ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਓ, ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਪਰਿੰਦਰ ਐਜੂਕੇਸ਼ਨ ਵਿੱਚ। ਅੱਜ ਅਸੀਂ ਜੋਗ੍ਰਾਫੀ ਦਾ ਮੌਕ ਟੈਸਟ 4 ਕਰਨ ਜਾ ਰਹੇ ਹਾਂ। ਇਸ ਦੇ ਵਿੱਚ ਅਸੀਂ ਜੋਗ੍ਰਾਫੀ ਨਾਲ ਸੰਬੰਧਿਤ ਇੰਪੋਰਟੈਂਟ MCQ ਜਿਹੜੇ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਸਾਡੇ ਚੈਨਲ ਤੇ ਪੋਲੀਟੀਕਲ ਸਾਇੰਸ, ਹਿਸਟਰੀ ਤੇ ਜੋਗ੍ਰਾਫੀ ਦੀਆਂ ਕਾਫੀ ਵੀਡੀਓ ਅਪਲੋਡ ਕੀਤੀਆਂ ਗਈਆਂ ਹਨ, ਜਿਹੜੀਆਂ ਕਿ PS ਟੈਟ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹਨ। ਉਹ ਤੁਸੀਂ ਵੀਡੀਓ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਤਾਂ ਅਸੀਂ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ ਆਪਣੇ ਕੋਲ, ਭਾਰਤ ਦੇ ਸਿੰਘ ਭੂ ਖੇਤਰ ਵਿੱਚ ਕਿਹੜਾ ਖਣਿਜ ਪਦਾਰਥ ਮਿਲਦਾ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਏ, ਕੱਚਾ ਲੋਹਾ। ਭਾਰਤ ਦੇ ਸਿੰਘ ਭੂ ਖੇਤਰ ਦੇ ਵਿੱਚ ਕੱਚਾ ਲੋਹਾ ਜਿਹੜਾ ਮਿਲਦਾ ਹੈ। ਸਿੰਘ ਭੂ ਖੇਤਰ ਕਿੱਥੇ ਹੈ ਤਾਂ ਤੁਸੀਂ ਉਹ ਵੀ ਯਾਦ ਰੱਖਣਾ, ਝਾਰਖੰਡ ਦੇ ਵਿੱਚ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਹੇਠ ਲਿਖਿਆਂ ਵਿੱਚੋਂ ਕੱਚੇ ਲੋਹੇ ਦੀ ਸਭ ਤੋਂ ਵਧੀਆ ਕਿਸਮ ਕਿਹੜੀ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਏ, ਮੈਗਨੇਟਾਈਟ। ਕੱਚੇ ਲੋਹੇ ਦੀ ਜਿਹੜੀ ਸਭ ਤੋਂ ਵਧੀਆ ਕਿਸਮ ਹੈ ਉਹ ਹੈ ਮੈਗਨੇਟਾਈਟ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਭਾਰਤ ਦੇ ਜਲ ਪੁਰਸ਼ ਵਜੋਂ ਜਾਣੇ ਜਾਂਦੇ ਡਾਕਟਰ ਰਜਿੰਦਰ ਸਿੰਘ ਦਾ ਸੰਬੰਧ ਕਿਸ ਰਾਜ ਨਾਲ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, ਰਾਜਸਥਾਨ। ਦੇਖੋ, ਇੱਥੇ ਡਾਕਟਰ ਰਜਿੰਦਰ ਪ੍ਰਸਾਦ ਦੇ ਬਾਰੇ ਗੱਲ ਨਹੀਂ ਹੋ ਰਹੀ, ਇਹ ਡਾਕਟਰ ਰਜਿੰਦਰ ਪ੍ਰਸਾਦ ਸੀ ਜਿਨ੍ਹਾਂ ਦਾ ਸੰਬੰਧ ਸੀ ਰਾਜਸਥਾਨ ਨਾਲ। ਇਹਨਾਂ ਨੇ ਪਾਣੀ ਬਚਾਉਣ ਲਈ ਰਾਜਸਥਾਨ ਦੇ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਸੀ। ਜਿਹੜੇ ਪੁਰਾਣੇ ਸਰੋਤ ਸੀ ਪਾਣੀ ਦੇ ਉਹ ਖਤਮ ਹੋ ਚੁੱਕੇ ਸੀ ਜਾਂ ਬੰਦ ਹੋ ਚੁੱਕੇ ਸੀ, ਉਹਨਾਂ ਨੂੰ ਦੁਬਾਰਾ ਤੋਂ ਸ਼ੁਰੂ ਕੀਤਾ ਸੀ ਡਾਕਟਰ ਰਜਿੰਦਰ ਜੀ ਨੇ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਕਵੇਰੀ ਜਲ ਵਿਵਾਦ ਕਿਹੜੇ ਦੋ ਰਾਜਾਂ ਵਿਚਕਾਰ ਝਗੜੇ ਦੀ ਮਿਸਾਲ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, ਕਰਨਾਟਕਾ ਅਤੇ ਤਮਿਲਨਾਡੂ ਦੇ ਵਿਚਕਾਰ। ਕਵੇਰੀ ਜਲ ਵਿਵਾਦ ਸੀ ਜਿਹੜਾ ਦੋ ਰਾਜਾਂ ਦੇ ਵਿੱਚ ਸ਼ੁਰੂ ਹੋਇਆ ਸੀ, ਕਰਨਾਟਕਾ ਅਤੇ ਤਮਿਲਨਾਡੂ ਦੇ ਵਿੱਚ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਦੇਸ਼ ਦਾ ਸਭ ਤੋਂ ਲੰਬਾ ਹੀਰਾਕੁੰਡ ਡੈਮ ਕਿਸ ਨਦੀ ਉੱਪਰ ਉਸਾਰਿਆ ਗਿਆ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਏ, ਮਹਾਨਦੀ ਉੱਤੇ। ਭਾਰਤ ਦਾ ਸਭ ਤੋਂ ਲੰਬਾ ਡੈਮ ਹੀਰਾਕੁੰਡ ਮਹਾਨਦੀ ਉੱਤੇ ਬਣਿਆ ਹੋਇਆ ਹੈ ਅਤੇ ਕਿਸ ਰਾਜ ਦੇ ਵਿੱਚ ਹੈ, ਇਹ ਵੀ ਐਗਜ਼ਾਮ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ, ਤਾਂ ਉਹ ਹੈ ਉੜੀਸਾ ਰਾਜ ਦੇ ਵਿੱਚ, ਇਹ ਵੀ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਦੁੱਧ ਸਾਗਰ ਝਰਨਾ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, ਗੋਆ। ਦੁੱਧ ਸਾਗਰ ਝਰਨਾ ਜਿਹੜਾ ਉਹ ਭਾਰਤ ਦੇ ਗੋਆ ਰਾਜ ਦੇ ਵਿੱਚ ਸਥਿਤ ਹੈ। ਇਸ ਦੇ ਨਾਲ ਹੀ ਤੁਸੀਂ ਇੱਕ ਗੱਲ ਯਾਦ ਰੱਖਣੀ ਆ ਕਿ ਇਹ ਗੋਆ ਅਤੇ ਕਰਨਾਟਕ ਦੇ ਬਾਰਡਰ 'ਤੇ ਸਥਿਤ ਹੈ, ਠੀਕ ਹੈ ਜੀ। ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਕਿਹੜੇ ਦੋ ਰਾਜਾਂ ਦੇ ਵਿਚਕਾਰ ਆ ਝਰਨਾ, ਇਹ ਦੁੱਧ ਸਾਗਰ ਝਰਨਾ ਤੋਂ ਇਹ ਗੋਆ ਅਤੇ ਕਰਨਾਟਕ ਰਾਜ ਦੇ ਵਿਚਕਾਰ ਜਾਂ ਸੀਮਾ 'ਤੇ ਸਥਿਤ ਹੈ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਡੈਸ ਦਰਾ ਸਭ ਤੋਂ ਚੌੜਾ ਹੈ ਜੋ ਕਿ ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ਵਿੱਚ ਸਥਿਤ ਹੈ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਬੀ, ਬੋਲਾਨ ਦਰਾ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਵਿਸ਼ਵ ਜਨਸੰਖਿਆ ਦਿਵਸ ਕਦੋਂ ਮਨਾਇਆ ਜਾਂਦਾ ਹੈ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਬੀ, 11 ਜੁਲਾਈ। ਵਰਲਡ ਪਾਪੂਲੇਸ਼ਨ ਡੇ ਆ ਜਿਹੜਾ ਉਹ 11 ਜੁਲਾਈ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਪੰਜਾਬ ਦਾ ਖੇਤਰਫਲ ਡੈਸ ਵਰਗ ਕਿਲੋਮੀਟਰ ਹੈ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਬੀ, 50,362 ਵਰਗ ਕਿਲੋਮੀਟਰ ਪੰਜਾਬ ਦਾ ਕੁੱਲ ਖੇਤਰਫਲ ਹੈ। ਜੇਕਰ ਆਪਾਂ ਗੱਲ ਕਰੀਏ ਕਿ ਪੰਜਾਬ ਦਾ ਜਿਹੜਾ ਪੁਨਰਗਠਨ ਉਹ ਭਾਸ਼ਾ ਦੇ ਆਧਾਰ 'ਤੇ ਕਦੋਂ ਕੀਤਾ ਗਿਆ ਸੀ, ਤਾਂ ਤੁਸੀਂ ਉਹ ਵੀ ਯਾਦ ਰੱਖਣਾ, ਤਾਂ ਉਹ ਕੀਤਾ ਗਿਆ ਸੀ ਆਪਣਾ ਨਵੰਬਰ 1966 ਈਸਵੀ ਦੇ ਵਿੱਚ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਘੱਟ ਕਿਹੜੇ ਦੇਸ਼ ਨਾਲ ਲੱਗਦੀ ਹੈ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਡੀ, ਅਫਗਾਨਿਸਤਾਨ ਨਾਲ। ਭਾਰਤ ਦੀ ਜਿਹੜੀ ਅੰਤਰਰਾਸ਼ਟਰੀ ਸੀਮਾ ਉਹ ਸਭ ਤੋਂ ਘੱਟ ਲੱਗਦੀ ਹੈ ਅਫਗਾਨਿਸਤਾਨ ਨਾਲ, ਕੇਵਲ ਅਤੇ ਕੇਵਲ 106 ਕਿਲੋਮੀਟਰ ਦੀ ਇਹ ਸੀਮਾ ਹੈ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਜ਼ਿਆਦਾ ਕਿਹੜੇ ਦੇਸ਼ ਨਾਲ ਲੱਗਦੀ ਹੈ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਏ, ਬੰਗਲਾਦੇਸ਼ ਨਾਲ। ਅਤੇ ਕਿੰਨੇ ਕਿਲੋਮੀਟਰ ਹੈ ਇਹ? 4,096 ਕਿਲੋਮੀਟਰ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਭਾਰਤ ਦਾ ਗਵਾਂਢੀ ਦੇਸ਼ ਜਿਸ ਨੂੰ ਕੋਈ ਵੀ ਸਮੁੰਦਰ ਨਹੀਂ ਲੱਗਦਾ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, ਨੇਪਾਲ। ਭਾਰਤ ਦੇ ਗਵਾਂਢੀ ਦੇਸ਼ਾਂ ਵਿੱਚ ਸ਼ਾਮਲ ਹੈ ਨੇਪਾਲ, ਜਿਸ ਨੂੰ ਕੋਈ ਵੀ ਸਮੁੰਦਰ ਨਹੀਂ ਲੱਗਦਾ। ਇਹਦੀ ਲੋਕੇਸ਼ਨ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ, ਆਹ ਦੇਖ ਸਕਦੇ ਹੋ ਤੁਸੀਂ, ਇਹ ਗਵਾਂਢੀ ਦੇਸ਼ ਹੈ ਆਪਣਾ ਨੇਪਾਲ, ਜਿਸ ਨੂੰ ਕੋਈ ਵੀ ਸਮੁੰਦਰ ਨਹੀਂ ਲੱਗਦਾ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਭਾਰਤ ਆਕਾਰ ਪੱਖੋਂ ਦੁਨੀਆ ਦਾ ਡੈਸ ਵੱਡਾ ਦੇਸ਼ ਹੈ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, 7ਵਾਂ। ਖੇਤਰਫਲ ਦੇ ਪੱਖੋਂ ਭਾਰਤ ਦਾ ਜਿਹੜਾ ਸਥਾਨ ਹੈਗਾ ਦੁਨੀਆ ਦੇ ਵਿੱਚ ਉਹ 7ਵਾਂ ਹੈ। ਭਾਰਤ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ, ਮੈਂ ਤੁਹਾਨੂੰ ਬੇਸਿਕ ਬੇਸਿਕ ਗੱਲਾਂ ਨੇ ਜਿਹੜੀਆਂ ਇਸ ਵੀਡੀਓ ਦੇ ਵਿੱਚ ਹੀ ਕਲੀਅਰ ਕਰਵਾ ਦੂੰਗਾ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਕਿਸ ਦੇਸ਼ ਦੀ ਲੰਬੇ ਰੇਸ਼ੇ ਵਾਲੀ ਕਪਾਹ ਸੰਸਾਰ ਭਰ ਵਿੱਚ ਪ੍ਰਸਿੱਧ ਹੈ?
ਤਾਂ ਇਸ ਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, ਮਿਸਰ ਦੀ। ਮਿਸਰ ਦੇ ਵਿੱਚ ਲੰਬੇ ਰੇਸ਼ੇ ਵਾਲੀ ਕਪਾਹ ਜਿਹੜੀ ਉਹ ਪੈਦਾ ਕੀਤੀ ਜਾਂਦੀ ਹੈ, ਜਿਹੜੀ ਕਿ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਭਾਰਤੀ ਰੇਲਵੇ ਦਾ ਪਿਤਾਮਾ ਡੈਸ਼ ਨੂੰ ਮੰਨਿਆ ਜਾਂਦਾ ਹੈ, ਤਾਂ ਇਸ ਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਬੀ, ਲਾਰਡ ਡਲਹੌਜ਼ੀ। 1853 ਈਸਵੀ ਦੇ ਵਿੱਚ ਪਹਿਲੀ ਰੇਲ ਗੱਡੀ ਸੀ ਜਿਹੜੀ ਉਹ ਸ਼ੁਰੂ ਕੀਤੀ ਗਈ ਸੀ ਮੁੰਬਈ ਤੋਂ ਠਾਣੇ ਤੱਕ। ਇਸ ਸਮੇਂ ਜਿਹੜਾ ਭਾਰਤ ਦਾ ਗਵਰਨਰ ਜਨਰਲ ਸੀ ਉਹ ਸੀ ਲਾਰਡ ਡਲਹੌਜ਼ੀ, ਇਸੇ ਕਰਕੇ ਉਸ ਨੂੰ ਭਾਰਤੀ ਰੇਲਵੇ ਦਾ ਪਿਤਾਮਾ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਭਾਰਤ ਦੀ ਤੱਟ ਰੇਖਾ ਦੀ ਲੰਬਾਈ ਕਿੰਨੀ ਹੈ, ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, 7,716.6 ਕਿਲੋਮੀਟਰ। ਇਸ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ। ਪਹਿਲਾਂ ਆਪਾਂ ਭਾਰਤ ਦੇ ਬਾਰੇ ਬੇਸਿਕ ਗੱਲ ਕਰਦੇ ਹਾਂ। ਭਾਰਤ ਦਾ ਜਿਹੜਾ ਖੇਤਰਫਲ ਹੈ ਉਹ ਹੈ 32,87,263 ਵਰਗ ਕਿਲੋਮੀਟਰ। ਇਹ ਵੀ ਐਗਜ਼ਾਮ ਦੇ ਵਿੱਚ ਡਾਇਰੈਕਟ ਪ੍ਰਸ਼ਨ ਆ, ਤੁਹਾਨੂੰ ਪੁੱਛਿਆ ਜਾ ਸਕਦਾ। ਗਿਣਤੀ ਦੀ ਆਪਾਂ ਗੱਲ ਕਰੀਏ ਤਾਂ ਇਸ 'ਤੇ ਵਰਤਮਾਨ ਸਮੇਂ ਵਿੱਚ 28 ਰਾਜ ਹਨ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਜਨਸੰਖਿਆ ਪੱਖੋਂ ਆਪਾਂ ਵੱਡਾ ਅਤੇ ਛੋਟਾ ਰਾਜ ਦੇਖ ਲੈਂਦੇ ਹਾਂ। ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਸ ਰਾਜ ਦੀ ਜਨਸੰਖਿਆ ਜਿਹੜੀ ਘੱਟ ਹੈ, ਤਾਂ ਉਹ ਹੈ ਸਿੱਕਮ ਰਾਜ, ਜਿਸ ਦੀ ਜਨਸੰਖਿਆ ਘੱਟ ਹੈ। ਵੱਧ ਆਬਾਦੀ ਵਾਲਾ ਜਾਂ ਵੱਧ ਜਨਸੰਖਿਆ ਵਾਲਾ ਰਾਜ ਹੈ ਉੱਤਰ ਪ੍ਰਦੇਸ਼। ਜੇਕਰ ਆਪਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਦੇਖੀਏ ਕਿ ਘੱਟ ਜਨਸੰਖਿਆ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜਾ ਹੈ, ਤਾਂ ਉਹ ਹੈ ਲਕਸ਼ਦੀਪ, ਅਤੇ ਵੱਧ ਜਨਸੰਖਿਆ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਦਿੱਲੀ। ਜੇਕਰ ਆਪਾਂ ਗੱਲ ਕਰੀਏ ਖੇਤਰ ਦੇ ਹਿਸਾਬ ਨਾਲ, ਕਿਹੜਾ ਖੇਤਰ ਦੇ ਹਿਸਾਬ ਨਾਲ ਵੱਡਾ ਜਾਂ ਛੋਟਾ ਰਾਜ ਹੈ, ਅਤੇ ਜੇਕਰ ਆਪਾਂ ਖੇਤਰ ਦੇ ਹਿਸਾਬ ਨਾਲ ਦੇਖੀਏ ਤਾਂ ਛੋਟਾ ਰਾਜ ਹੈ ਗੋਆ, ਅਤੇ ਖੇਤਰਫਲ ਪੱਖੋਂ ਸਭ ਤੋਂ ਵੱਡਾ ਰਾਜ ਹੈ ਰਾਜਸਥਾਨ। ਜੇਕਰ ਇਸੇ ਤਰ੍ਹਾਂ ਆਪਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗੱਲ ਕਰੀਏ ਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਸਭ ਤੋਂ ਘੱਟ ਏਰੀਆ ਕਵਰ ਕਰਦਾ ਹੈ ਲਕਸ਼ਦੀਪ ਕੇਂਦਰ ਸ਼ਾਸਿਤ ਪ੍ਰਦੇਸ਼, ਅਤੇ ਵੱਡਾ ਹੈ ਲਦਾਖ ਕੇਂਦਰ ਸ਼ਾਸਿਤ ਪ੍ਰਦੇਸ਼, ਜਿਸ ਦਾ ਖੇਤਰਫਲ ਸਭ ਤੋਂ ਜ਼ਿਆਦਾ ਹੈ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ। ਇੱਥੇ ਤੁਸੀਂ ਕੰਟਰੀਆਂ ਦੇਖ ਸਕਦੇ ਹੋ ਕਿ ਖੇਤਰਫਲ ਪੱਖੋਂ ਕਿਹੜੀ ਕੰਟਰੀ ਵੱਡੀ ਹੈ, ਤਾਂ ਪਹਿਲੇ ਨੰਬਰ 'ਤੇ ਹੈ ਆਪਣੀ ਰਸੀਆ ਯਾਨੀ ਕਿ ਰੂਸ, ਕੈਨੇਡਾ ਦੂਜੇ ਨੰਬਰ 'ਤੇ, ਤੀਜੇ ਨੰਬਰ 'ਤੇ ਚਾਈਨਾ, ਅਤੇ ਚੌਥੇ ਨੰਬਰ 'ਤੇ ਯੂਨਾਈਟਿਡ ਸਟੇਟ ਅਮੈਰੀਕਾ, ਅਤੇ ਪੰਜਵੇਂ 'ਤੇ ਬ੍ਰਾਜ਼ੀਲ, ਅਤੇ ਛੇਵੇਂ 'ਤੇ ਆਪਣੀ ਹੈ ਆਸਟ੍ਰੇਲੀਆ, ਅਤੇ ਸੱਤਵੇਂ 'ਤੇ ਆਪਣਾ ਹੈ ਇੰਡੀਆ, ਜਿਸ ਦਾ ਖੇਤਰਫਲ ਹੈ 32,87,263 ਵਰਗ ਕਿਲੋਮੀਟਰ। ਠੀਕ ਹੈ ਜੀ, ਅੱਗੇ ਆਪਾਂ ਗੱਲ ਕਰਦੇ ਹਾਂ ਵੀ ਕਿਹੜੀ ਜਨਸੰਖਿਆ ਪੱਖੋਂ ਭਾਰਤ ਦਾ ਕਿੰਨਵਾਂ ਸਥਾਨ ਹੈ। ਦੇਖੋ ਇੱਥੇ ਦੋ ਚੀਜ਼ਾਂ ਨੇ, ਜੇਕਰ ਤੁਸੀਂ ਗੱਲ ਕਰਦੇ ਹੋ 2011 ਦੀ ਜਨਗਣਨਾ ਦੀ, ਤਾਂ ਉਸ ਸਮੇਂ ਜਿਹੜਾ ਸੀ ਆਪਣਾ ਚੀਨ ਪਹਿਲੇ ਨੰਬਰ 'ਤੇ ਸੀ, ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਸੀ, ਅਤੇ ਆਪਣਾ ਜਿਹੜਾ ਭਾਰਤ ਸੀ ਉਹ ਦੂਜੇ ਨੰਬਰ ਦਾ ਦੇਸ਼ ਸੀ ਜਿਸ ਦੀ ਜਨਸੰਖਿਆ ਦੂਜੇ ਨੰਬਰ 'ਤੇ ਸੀ। ਜੇਕਰ ਹੁਣ ਆਪਾਂ ਗੱਲ ਕਰੀਏ ਵਰਤਮਾਨ ਸਮੇਂ ਦੀ 2024 ਦੀ, ਤਾਂ ਜਿਹੜਾ ਪਾਪੂਲੇਸ਼ਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਉਹ ਕੀਤਾ ਹੈ ਆਪਣੇ ਇੰਡੀਆ ਦੇਸ਼ ਨੇ, ਅਤੇ ਹੁਣ ਦੂਜੇ ਨੰਬਰ 'ਤੇ ਹੈ ਆਪਣਾ ਚੀਨ। ਦੇਖੋ ਚੀਨ ਦੀ ਜਿਹੜੀ ਆਬਾਦੀ ਆ ਉਸਨੇ ਬਹੁਤ ਜ਼ਿਆਦਾ ਆਪਣੀ ਆਬਾਦੀ 'ਤੇ ਕੰਟਰੋਲ ਕੀਤਾ, ਅਤੇ ਭਾਰਤ ਅਜਿਹਾ ਕਰਨ ਦੇ ਵਿੱਚ ਨਾਕਾਮਯਾਬ ਸਿੱਧ ਹੋਇਆ। ਇਸੇ ਕਰਕੇ ਭਾਰਤ ਦਾ ਜਿਹੜਾ ਆਬਾਦੀ ਦੇ ਪੱਖੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਕਾਰਨ ਭਾਰਤ ਦੇ ਵਿੱਚ ਗਰੀਬੀ, ਭੁੱਖਮਰੀ ਆਦਿ ਸਮੱਸਿਆ ਨੇ ਜਿਹੜੀਆਂ ਜ਼ਿਆਦਾ ਮਾਤਰਾ ਦੇ ਵਿੱਚ ਉਤਪੰਨ ਹੋ ਰਹੀਆਂ ਹਨ। ਅੱਗੇ ਆਪਾਂ ਗੱਲ ਕਰਦੇ ਹਾਂ ਭਾਰਤ ਦੇ ਗਵਾਂਢੀ ਦੇਸ਼ਾਂ ਦੀ। ਭਾਰਤ ਦੇ 9 ਗਵਾਂਢੀ ਦੇਸ਼ ਹਨ, ਇਹ ਤੁਸੀਂ ਯਾਦ ਰੱਖਣਾ। 7 ਦੇਸ਼ ਨੇ ਜਿਨ੍ਹਾਂ ਨਾਲ ਉਹਨਾਂ ਦੀ ਜ਼ਮੀਨੀ ਸਰਹੱਦ ਲੱਗਦੀ ਆ ਭਾਰਤ ਦੀ, ਅਤੇ 2 ਨੇ ਜਿਹੜੇ ਪਾਣੀ ਰਾਹੀਂ ਆਪਸ ਦੇ ਵਿੱਚ ਭਾਰਤ ਨਾਲ ਜੁੜੇ ਹੋਏ ਹਨ। ਪਹਿਲਾਂ ਆਪਾਂ 7 ਦੇਸ਼ਾਂ ਦੀ ਗੱਲ ਕਰੀਏ। ਭਾਰਤ ਦੀ 7 ਦੇਸ਼ਾਂ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਹਨ। ਉਹ ਦੇਸ਼ ਹਨ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਚੀਨ, ਮਿਆਂਮਾਰ, ਨੇਪਾਲ ਅਤੇ ਪਾਕਿਸਤਾਨ। 2 ਦੇਸ਼ ਅਜਿਹੇ ਨੇ ਜਿਨ੍ਹਾਂ ਨਾਲ ਸਮੁੰਦਰੀ ਸਰਹੱਦ ਲੱਗਦੀ ਹੈ, ਉਹ ਹਨ ਸ਼੍ਰੀਲੰਕਾ ਅਤੇ ਮਾਲਦੀਪ। ਭਾਰਤ ਦੇ 2 ਸਮੁੰਦਰੀ ਸਰਹੱਦੀ ਦੇਸ਼ ਹਨ। ਠੀਕ ਹੈ ਜੀ, ਇੱਥੋਂ ਗੱਲ ਕਲੀਅਰ ਹੋ ਗਈ, ਤੁਹਾਨੂੰ ਦੇਖ ਲੈਣਾ ਤੁਸੀਂ ਐਗਜ਼ਾਮ ਦੇ ਵਿੱਚ ਤੁਹਾਨੂੰ ਪੁੱਛਿਆ ਕੀ ਗਿਆ। ਠੀਕ ਹੈ ਜੀ, ਅੱਗੇ ਆਪਾਂ ਇਹਨਾਂ ਦਾ ਏਰੀਆ ਵੀ ਦੇਖ ਲੈਂਦੇ ਹਾਂ, ਅਤੇ ਲੋਕੇਸ਼ਨ ਵੀ ਤੁਹਾਨੂੰ ਮੈਂ ਨਾਲ ਦੀ ਨਾਲ ਦਿਖਾ ਦੂੰਗਾ। ਠੀਕ ਹੈ, ਮੈਂ ਮੈਪ ਲੈ ਕੇ ਆਉਣਾ। ਅੱਗੇ ਆਪਾਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਲੈਂਡ ਬਾਰਡਰ ਦੇਖ ਲੈਂਦੇ ਹਾਂ। ਪਹਿਲਾਂ ਆਪਾਂ ਗੱਲ ਕਰਦੇ ਹਾਂ ਅਫਗਾਨਿਸਤਾਨ ਦੀ। ਆ ਦੇਖੋ ਉੱਪਰ ਥੋੜ੍ਹਾ ਜਿਹਾ ਏਰੀਆ ਜਿਹੜਾ ਦੇਖਣ ਨੂੰ ਮਿਲਦਾ ਹੈ ਆਪਣਾ, ਜਿਹੜਾ ਕਿ 106 ਕਿਲੋਮੀਟਰ ਹੈ, ਸਭ ਤੋਂ ਘੱਟ ਸੀਮਾ ਜਿਹੜੀ ਲੱਗਦੀ ਹੈ ਉਹ ਲੱਗਦੀ ਹੈ ਅਫਗਾਨਿਸਤਾਨ ਦੇ ਨਾਲ। ਇਸ ਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਅਤੇ ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ ਚੀਨ ਦੀ। ਦੇਖੋ ਆਹ ਏਰੀਆ ਜਿਹੜਾ ਚੀਨ ਦਾ, ਇਹ ਜਿਹੜਾ ਕਿੱਥੇ ਤੱਕ ਲੱਗਦਾ ਹੈ, ਅਤੇ ਇੱਧਰ ਵੀ ਥੋੜ੍ਹਾ ਜਿਹਾ ਲੱਗਦਾ ਚੀਨ, ਅਤੇ ਇੱਥੇ ਵੀ ਆਪਾਂ ਨੂੰ ਚੀਨ ਦੀ ਜਿਹੜੀ ਹੱਦ ਹੈਗੀ ਉਹ ਦੇਖਣ ਨੂੰ ਮਿਲਦੀ ਹੈ, ਜਿਹੜੀ ਕਿੰਨੇ ਕਿਲੋਮੀਟਰ ਹੈ, 3,488 ਕਿਲੋਮੀਟਰ ਚੀਨ ਦੇ ਨਾਲ ਲੱਗਦੀ ਹੈ। ਅਤੇ ਇੱਥੋਂ ਆਪਣੀ ਹੁਣ ਸਟਾਰਟ ਹੁੰਦੀ ਹੈ ਇੱਧਰਲੇ ਪਾਸੋਂ ਪਾਕਿਸਤਾਨ ਦੀ ਜਿਹੜੀ ਸੀਮਾ ਉਹ ਸਟਾਰਟ ਹੁੰਦੀ ਆ ਭਾਰਤ ਦੇ ਨਾਲ ਜਿਹੜੀ ਸਾਂਝੀ ਹੈ, ਜਿਹੜੀ ਕਿ ਹੈ 3,323 ਕਿਲੋਮੀਟਰ। ਅਤੇ ਆਹ ਜਿਹੜੀ ਆਪਾਂ ਨੂੰ ਗ੍ਰੀਨ ਕਲਰ ਦੇ ਵਿੱਚ ਦਿਖ ਰਹੀ ਆ, ਇਹ ਹੈ ਆਪਣੀ ਜਿਹੜੀ ਆਪਣੀ ਸੀਮਾ ਨੇਪਾਲ ਦੇ ਨਾਲ ਲੱਗਦੀ ਹੈ, ਜਿਹੜੀ ਹੈ 1,751 ਕਿਲੋਮੀਟਰ। ਇੱਥੇ ਆਪਣਾ ਹੈ ਭੂਟਾਨ, ਭੂਟਾਨ ਦੀ ਜਿਹੜੀ ਸੀਮਾ ਹੈ ਉਹ ਲੱਗਦੀ ਹੈ ਭਾਰਤ ਦੇ ਨਾਲ 699 ਕਿਲੋਮੀਟਰ। ਇਹ ਆਪਣਾ ਹੈ ਮਿਆਂਮਾਰ ਇੱਧਰਲੇ ਪਾਸੇ, ਅਤੇ ਇਸ ਨਾਲ ਆਪਣੀ ਜਿਹੜੀ ਸੀਮਾ ਲੱਗਦੀ ਹੈ 1,644 ਕਿਲੋਮੀਟਰ।
ये अपनी जी सब तो लंबी रेखा जी आप कहने की सब तो लंबी सीमा है वो है अपनी बांग्लादेश नाल जिहड़ी है 4,096.7 किलोमीटर। बांग्लादेश नाल सब तो बड़ी सीमा लगती है ते अफगानिस्तान नाल सब तो छोटी सीमा लगती है। इस तो अलावा आप गल करते हैं कोस्ट लाइन की, ठीक है जी। इतों तो गुजरात तो जी शुरू होंगी है अपनी तो कितने तक जाती हैगी, तो ये जाती है अपनी पश्चिमी बंगाल तक। इसकी जी लंबाई है वो है 7,716.6 किलोमीटर। ये भी एग्जाम के पूछ लिया जाता। ये अपने उन्हां थीसां की गल की है जिन्हां नाल अपना लैंड बार्डर है यानी कि जमीनी सरहद अपनी लगती है। इस तो अलावा इतने आपां नूं देखण नूं मिलता श्रीलंका, तो एक आपां नूं इहदा गवांढी देश मिलता जिस नाल समुद्री सरहद लगती है अपनी, वो है मालदीप, ठीक है जी। ये तुसीं याद रखना। ये सी भारत बारे महत्वपूर्ण जानकारी। जेकर अज्ज दी वीडियो तुहानू वधिया लगी वीडियो नू लाइक करके कमेंट करके जरूर दस्या करो ताकि सानू होर वीडियो बनाउण दा मोटिवेशन मिलता रहे। अज्ज दी वीडियो देखने लई सब दा बहुत बहुत धन्यवाद जी।